ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦੋਸਤ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ। ਦੋਸਤੋ, ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਾਂਗਾ ਕਿ ਝੋਨੇ ਦਾ ਝਾੜ ਵਧਾਉਣ ਵਾਸਤੇ ਕਿਹੜੀਆਂ ਕਿਹੜੀਆਂ ਖਾਦਾਂ ਵਰਤੀਆਂ ਜਾਣ। ਜਿਵੇਂ ਕਿ ਤੁਸੀਂ ਪਹਿਲਾਂ ਜਾਣਦੇ ਹੋ ਕਿ ਆਪਾਂ ਅਲੱਗ ਤੌਰ 'ਤੇ ਪੋਟਾਸ਼, ਫਾਸਫੋਰਸ ਅਤੇ ਮੈਗਨੀਜ਼ ਦੇ ਉੱਪਰ ਡਿਸਕਸ ਕਰ ਚੁੱਕੇ ਹਾਂ। ਨਾਈਟ੍ਰੋਜਨ, ਜਿਹਨੂੰ ਕਿ ਯੂਰੀਆ ਕਹਿੰਦੇ ਹਾਂ, ਇਹਦੇ 'ਤੇ ਡਿਸਕਸ ਆਪਾਂ ਬਾਅਦ ਦੇ ਵਿੱਚ ਕਰਾਂਗੇ, ਕਿਉਂਕਿ ਝੋਨਾ ਖੇਤ 'ਚ ਲੱਗਣ ਨੂੰ ਤਿਆਰ ਖੜ੍ਹਾ ਹੈ। ਇਸ ਕਰਕੇ ਅਸੀਂ ਟੋਟਲ ਜਿਹੜੀਆਂ ਖਾਦਾਂ ਝੋਨੇ ਨੂੰ ਦੇਣੀਆਂ ਉਹ 'ਤੇ ਗੱਲਬਾਤ ਕਰਦੇ ਹਾਂ। ਦੋਸਤੋ, ਹੁੰਦਾ ਕੀ ਹੈ ਕਿ ਅਸੀਂ ਸ਼ੁਰੂਆਤੀ ਅਣਗਹਿਲੀਆਂ ਕਰਦੇ ਹਾਂ ਖਾਦ ਪਾਉਣ ਦੇ ਵਿੱਚ, ਉਹਦੇ ਤਰੀਕੇ ਦੇ ਵਿੱਚ। ਜਿਵੇਂ ਕਿ ਬਹੁਤਿਆਂ ਨੇ ਵੀਰਾਂ ਨੇ ਪਨੀਰੀ ਦੇ ਵਿੱਚ ਕੀਤੀਆਂ ਸੀ ਕਿ ਟਾਈਮ 'ਤੇ ਖਾਦਾਂ ਪਾਈਆਂ ਨਹੀਂ, ਮੁੜ ਕੇ ਬਾਜ਼ਾਰ ਵੱਲੋਂ ਪਾਸੇ ਕੇ ਚੱਕ ਦਿਓ ਜੀ, ਪਨੀਰੀ ਹੁੰਦੀ ਨਹੀਂ, ਪਨੀਰੀ ਹੁੰਦੀ ਨਹੀਂ। ਤਾਂ ਇਹੀ ਗਲਤੀਆਂ ਅੱਗੇ ਅਸੀਂ ਝੋਨੇ ਦੇ ਵਿੱਚ ਵੀ ਇਸੇ ਤਰੀਕੇ ਦੀਆਂ ਕਰਨੀਆਂ। ਤਾਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਤੁਹਾਡਾ ਬੂਟਾ ਕਮਜ਼ੋਰ ਰਹਿ ਗਿਆ, ਉਸ ਤੋਂ ਬਾਅਦ ਦੇ ਵਿੱਚ ਉਹਨੂੰ ਜੋ ਮਰਜ਼ੀ ਖਵਾਈ ਜਾਓ, ਉਹਨੇ ਨਾਲ ਨਹੀਂ ਰਲਣਾ ਅਤੇ ਉਹ ਆਖਰ 'ਤੇ ਤੁਹਾਡਾ ਜਿਹੜਾ ਹੈਗਾ ਜਾ ਕੇ ਝਾੜ ਘਟਾਏਗਾ। ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਪਹਿਲੇ ਦਿਨ ਤੋਂ ਹੀ ਜੋ ਉਸਨੂੰ ਖੁਰਾਕ ਦੇਣੀ ਉਹ ਸਹੀ ਤਰੀਕੇ ਨਾਲ ਦਿੱਤੀ ਜਾਵੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਫਾਸਫੋਰਸ ਦੀ। ਜਿਹੜੇ ਕਿਸਾਨ ਵੀਰਾਂ ਨੇ ਕਣਕ ਨੂੰ 55 ਕਿਲੋਗ੍ਰਾਮ ਡਾਈ ਖਾਦ ਪਾਈ ਹੈ, ਜਾਂ ਜਿਹੜੇ ਕਿਸਾਨ ਵੀਰਾਂ ਨੇ 45 ਕਿਲੋ ਤੱਕ ਡਾਇਆ ਖਾਦ ਅਤੇ ਨਾਲ ਇੱਕ ਬੋਰੀ ਸੁਪਰ ਦੀ ਕਣਕ ਨੂੰ ਪਾਈ ਹੈ, ਉਹਨਾਂ ਵੀਰਾਂ ਨੂੰ ਝੋਨੇ ਦੇ ਵਿੱਚ ਫਾਸਫੋਰਸ ਲਈ ਡਾਇਆ ਜਾਂ ਸੁਪਰ ਨਾ ਪਾਉਣ ਦੀ ਕੋਈ ਲੋੜ ਨਹੀਂ ਹੈਗੀ। ਪਰੰਤੂ ਜੇ ਉਹ ਫਿਰ ਵੀ ਪਾ ਰਹੇ ਹੈ ਤਾਂ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਸੁਪਰ ਤੋਂ ਕੈਲਸ਼ੀਅਮ ਅਤੇ ਸਲਫਰ ਮਿਲ ਜਾਏਗਾ, ਤਾਂ ਸਾਰੀ ਦੀ ਸਾਰੀ ਫਾਸਫੋਰਸ ਉਹ ਤੁਸੀਂ ਕੱਦੂ ਦੀ ਆਖਰੀ ਵਹਾਈ ਦੇ ਸਮੇਂ ਪਾ ਦੇਣੀ ਹੈ। ਜੇ ਆਖਰੀ ਵਹਾਈ ਦੇ ਸਮੇਂ ਨਹੀਂ ਪਾ ਸਕਦੇ ਤਾਂ ਇਸ ਨੂੰ ਤੁਸੀਂ ਜਿਹੜਾ ਹੈਗਾ ਝੋਨਾ ਲੱਗਣ ਤੋਂ 15 ਦਿਨ ਦੇ ਵਿੱਚ ਵਿੱਚ ਖੇਤ ਦੇ ਵਿੱਚ ਜਦੋਂ ਮਰਜ਼ੀ ਪਾ ਸਕਦੇ ਹੋ। ਦੂਸਰੀ ਗੱਲ, ਜਿਹਨੇ ਤਾਂ ਖੇਤ ਦੀ ਮਿੱਟੀ ਟੈਸਟ ਕਰਾਈ ਹੈ ਤਾਂ ਜਿੰਨੀ ਪੋਟਾਸ਼ ਉਹਨੂੰ ਜਿਹੜਾ ਹੈਗਾ ਮਿੱਟੀ ਟੈਸਟ ਦੇ ਆਧਾਰ 'ਤੇ ਕਹੀ ਗਈ ਹੈ, ਉਨੀ ਪੋਟਾਸ਼ ਖੇਤ ਦੇ ਵਿੱਚ ਪਾਵੇ। ਬਾਕੀ ਕਿਸਾਨ ਕਣਕ ਜਾਂ ਝੋਨੇ ਤੋਂ, ਜਿਹਨੇ ਕਣਕ ਨੂੰ ਪੋਟਾਸ਼ ਪਾਈ ਸੀ ਉਹਨੂੰ ਝੋਨੇ ਦੇ ਵਿੱਚ ਪਾਉਣ ਦੀ ਲੋੜ ਨਹੀਂ ਹੈ। ਤਾਂ ਜੇਕਰ ਕਣਕ ਨੂੰ ਪੋਟਾਸ਼ ਨਹੀਂ ਪਾਈ ਗਈ ਤਾਂ ਇਸ ਸਮੇਂ ਝੋਨੇ ਨੂੰ ਜਿਹੜਾ ਹੈਗਾ 25 ਕਿਲੋਗ੍ਰਾਮ ਪੋਟਾਸ਼ ਅਸੀਂ ਪਾਵਾਂਗੇ। ਤਾਂ ਪੋਟਾਸ਼ ਜਿਹੜੀ ਹੈਗੀ ਹੈ ਇਹਦੇ ਨਾਲ ਵੀ ਤੁਸੀਂ ਉਹੀ ਕਰਨਾ ਕਿ ਜਾਂ ਤਾਂ ਕੱਦੂ ਦੀ ਆਖਰੀ ਵਹਾਈ ਸਮੇਂ ਪਾ ਦੇਣੀ ਹੈ, ਜਾਂ ਫਿਰ ਇਹਨੂੰ ਜਿਹੜਾ ਹੈਗਾ ਆਉਣ ਵਾਲੇ ਝੋਨਾ ਲਾਉਣ ਤੋਂ 15 ਦਿਨ ਦੇ ਵਿੱਚ ਵਿੱਚ ਇਹਨੂੰ ਪਾ ਦੇਣਾ। ਇਸ ਤੋਂ ਅਗਲੀ ਚੀਜ਼ ਆਉਂਦੀ ਹੈ ਕਿ ਨਾਈਟ੍ਰੋਜਨ। ਦੋਸਤੋ, ਨਾਈਟ੍ਰੋਜਨ ਜਿਹੜਾ ਹੈਗਾ ਆਮ ਤੌਰ 'ਤੇ ਕਿਸਾਨ ਵੀਰ 2.5 ਤੋਂ 3 ਬੋਰੀਆਂ ਤੱਕ ਨਾਈਟ੍ਰੋਜਨ ਦੀਆਂ ਜਾਂ ਯੂਰੀਆ ਦੀਆਂ ਖੇਤ ਦੇ ਵਿੱਚ ਵਰਤਦੇ ਹੈ। ਤਿੰਨ ਤਰੀਕੇ ਹੈ। ਵੈਸੇ ਇਸ 'ਤੇ ਇੱਕ ਅਲੱਗ ਤੋਂ ਇੱਕ ਵੀਡੀਓ 'ਚ ਮੈਂ ਗੱਲ ਕਰਾਂਗਾ। ਤਾਂ ਇੱਥੇ ਆਪਾਂ ਇਹ ਕਹਿੰਦੇ ਹਾਂ ਕਿ ਜਾਂ ਤਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਪੂਰੀ ਜਿਹੜੀ ਨਾਈਟ੍ਰੋਜਨ ਹੈਗੀ ਹੈ ਯੂਰੀਆ ਉਹਦੇ 3 ਹਿੱਸੇ ਕਰ ਲਓ। ਇੱਕ ਹਿੱਸਾ ਤੁਸੀਂ ਕੱਦੂ ਦੇ ਵਿੱਚ ਪਾ ਸਕਦੇ ਹੋ। ਇੱਥੇ ਫਿਰ ਪ੍ਰੋਬਲਮ ਆਉਣੀ ਹੈ, ਜਦੋਂ ਲਵਾਵਿਆਂ ਨੇ ਦੇਖ ਲਿਆ ਉਹਨਾਂ ਨੇ ਕਹਿਣਾ ਕਿ ਸਾਡੇ ਤਾਂ ਪੈਰ ਗਲ ਗਏ, ਕੱਦੂ 'ਚ ਕਿਸੇ ਨੇ ਪਾਉਣ ਨਹੀਂ ਦੇਣੀ। ਅਤੇ ਜੇ ਸੁੱਕੇ 'ਚ ਪਾਓਗੇ ਤਾਂ ਸਾਰੀ ਖਾਦ ਦਾ ਨੁਕਸਾਨ ਹੋ ਜਾਣਾ। ਇਸ ਕਰਕੇ ਕੱਦੂ 'ਚ ਪਾਉਣਾ ਪ੍ਰੈਕਟੀਕਲ ਪ੍ਰੋਬਲਮ ਅਸੀਂ ਨਹੀਂ ਪਾ ਸਕਦੇ। ਤਾਂ ਪਹਿਲੀ ਡੋਜ਼ ਝੋਨਾ ਲੱਗਣ ਤੋਂ 7 ਦਿਨ ਦੇ ਵਿੱਚ ਵਿੱਚ ਪਾ ਦੇਣੀ ਹੈ ਤਾਂ ਕਿ ਝੋਨਾ ਚੰਗੇ ਤਰੀਕੇ ਨਾਲ ਚੱਲ ਸਕੇ। ਦੂਜੀ ਡੋਜ਼ ਜਿਹੜੀ ਹੈਗੀ ਹੈ ਅਸੀਂ 21 ਦਿਨ 'ਤੇ, ਅਤੇ ਤੀਜੀ ਡੋਜ਼ ਜਿਹੜੀ ਹੈਗੀ ਹੈ 40 ਦਿਨ 'ਤੇ ਖੇਤ ਦੇ ਵਿੱਚ ਪਾਉਣੀ ਹੈ। ਜੇਕਰ ਤੁਹਾਡੇ ਕੋਲ ਝੋਨਾ PR 124 ਜਾਂ PR 126 ਲੱਗਿਆ ਹੋਇਆ ਤਾਂ ਤੁਸੀਂ ਤੀਜੀ ਡੋਜ਼ ਜਿਹੜੀ ਹੈਗੀ ਹੈ 35 ਦਿਨ 'ਤੇ ਖਤਮ ਕਰ ਦੇਣੀ ਹੈ। ਦੂਸਰਾ ਤਰੀਕਾ ਇਹ ਆਉਂਦਾ ਹੈ ਕਿ ਅਸੀਂ ਜਿਹੜਾ ਹੈਗਾ ਹੈ 25-25 ਕਿਲੋਗ੍ਰਾਮ ਯੂਰੀਆ ਦੀਆਂ ਡੋਜ਼ ਬਣਾ ਲਈਏ। ਪਹਿਲੀ ਖੁਰਾਕ ਅਸੀਂ ਜਿਹੜੀ ਕਿ 25 ਕਿਲੋ ਦੀ 7 ਦਿਨ ਦੇ ਵਿੱਚ ਵਿੱਚ ਝੋਨੇ ਨੂੰ ਪਾ ਦਈਏ, ਭਾਵੇਂ ਝੋਨਾ ਲੱਗਣ ਤੋਂ ਅਗਲੇ ਦਿਨ ਹੀ ਪਾ ਦਿਓ, ਬਾਕੀ 7 ਦਿਨ ਦੇ ਵਿੱਚ ਵਿੱਚ ਪਾਉਣੀ ਹੈ। ਅਗਲੀ ਡੋਜ਼ 8 ਦਿਨ ਬਾਅਦ, 8 ਅਤੇ 7 15 ਦਿਨ 'ਤੇ ਦੂਸਰੀ, ਤੀਸਰੀ 23 ਦਿਨ 'ਤੇ, ਚੌਥੀ ਜਿਹੜੀ ਹੈਗੀ ਹੈ ਤੁਹਾਡੀ ਲਗਭਗ
23 ਅਤੇ 8 31 ਦਿਨ ਤੇ ਅਤੇ ਅਗਲੀ ਜਿਹੜੀ ਹੈਗੀ ਹੈ 39 ਦਿਨ ਤੇ ਜਾ ਕੇ ਖਤਮ ਹੋ ਜਾਏਗੀ ਜੇ ਤੁਸੀਂ 2.5 ਬੋਰੀਆਂ ਪਾਉਣੇ ਹੋ ਤਾਂ ਇਸ ਤਰੀਕੇ ਨਾਲ ਪਾ ਸਕਦੇ ਹੋ। ਪਰੰਤੂ ਇੱਥੇ ਇਹ ਧਿਆਨ ਰੱਖਣਾ ਹੈ ਕਿ ਪਹਿਲੀ ਡੋਜ਼ ਤੁਸੀਂ ਯੂਰੀਆ ਦੀ ਖੜ੍ਹੇ ਪਾਣੀ 'ਚ ਦੇਣੀ ਹੈ, ਲੇਕਿਨ ਇਸ ਤੋਂ ਅਗਲੀ ਡੋਜ਼ ਜਿਹੜੀਆਂ ਵੀ ਦੇਣੀਆਂ ਚਾਹੇ ਤੁਸੀਂ ਕਿਸੇ ਵੀ ਤਰੀਕੇ ਨਾਲ ਪਾ ਰਹੇ ਹੋਵੋਗੇ ਤਾਂ ਉਦੋਂ ਖੇਤ ਦੇ ਵਿੱਚ ਉਦੋਂ ਦੇਣੀ ਹੈ ਜਦੋਂ ਖੇਤ 'ਚ ਪਾਣੀ ਨਾ ਹੋਵੇ। ਅਤੇ ਯੂਰੀਆ ਪਾਉਣ ਤੋਂ 2 ਦਿਨ ਬਾਅਦ ਅਸੀਂ ਖੇਤ ਨੂੰ ਪਾਣੀ ਲਾਉਣਾ, ਯੂਰੀਆ ਦੇ ਬੈਟਰ ਰਿਜ਼ਲਟ ਆਉਣਗੇ। ਹੁਣ ਅਗਲੀ ਗੱਲ ਆਉਂਦੀ ਹੈ ਜਿੰਕ ਦੀ। ਜਿਵੇਂ ਕਿ ਜਿੰਕ ਵਾਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਕਿ ਜਿੰਕ ਕਿੰਨੀ ਕਿੰਨੀ ਪਾਉਣੀ ਹੈ, ਤਾਂ ਜਿੰਕ ਦੇ ਵਿੱਚ ਵੀ ਇਹੀ ਹੈ ਕਿ ਜਾਂ ਤਾਂ ਕੱਦੂ ਦੀ ਆਖਰੀ ਉਹਾਈ ਵੇਲੇ ਖੇਤ ਦੇ ਵਿੱਚ ਪਾਓ, ਸੁੱਕੇ 'ਚ ਪਹਿਲਾਂ ਪਾਉਣ ਦਾ ਕੋਈ ਫਾਇਦਾ ਨਹੀਂ, ਜਾਂ ਫਿਰ ਜਿਹੜਾ ਹੈਗਾ ਝੋਨਾ ਲਾਉਣ ਤੋਂ 7 ਦਿਨ ਦੇ ਵਿੱਚ ਵਿੱਚ ਜਿੰਕ ਨੂੰ ਖੇਤ ਦੇ ਵਿੱਚ ਪਾ ਦਿੱਤਾ ਜਾਵੇ। ਕਈ ਕਿਸਾਨ ਵੀਰ ਕੀ ਕਰਦੇ ਆ ਕਿ ਜਿੰਕ ਦੇ 2 ਹਿੱਸੇ ਕਰਦੇ ਆ ਕਿ ਜੀ ਇੱਕ ਹਿੱਸਾ ਤਾਂ ਅਸੀਂ ਜਿਹੜਾ ਹੈਗਾ ਹੁਣ ਪਾ ਦਿਆਂਗੇ, ਇੱਕ ਬਾਅਦ 'ਚ। ਦੋਸਤੋ, ਜਦੋਂ ਝੋਨਾ ਬੂਟਾ ਮਾਰ ਰਿਹਾ ਹੁੰਦਾ ਜਿੰਕ ਦੀ ਘਾਟ ਆਉਂਦੀ ਉਦੋਂ ਹੈ, ਇਸ ਕਰਕੇ ਜਿੰਨੀ ਜਿੰਕ ਦੇਣੀ ਹੈ ਹੁਣੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਦੇ ਦਿਓ, ਇਹਨੂੰ ਅੱਗੇ ਜਾ ਕੇ ਲੇਟ ਨਾ ਕਰੋ। ਹੁਣ ਮੈਂ ਜੇਕਰ ਆਪਣੇ ਖੇਤ 'ਚ ਕੀ ਕਰਾਂਗਾ, ਮੈਂ ਜੇਕਰ ਸੁਪਰ ਦੇਣੀ ਹੈ ਖੇਤ ਨੂੰ ਤਾਂ ਸੁਪਰ ਪਲੱਸ ਨਦੀਨ ਨਾਸ਼ਕ ਦੋਵੇਂ ਮਿਲਾ ਕੇ ਝੋਨਾ ਲਾਉਣ ਤੋਂ 2 ਦਿਨ ਦੇ ਵਿੱਚ ਛਿੱਟਾ ਦੇਵਾਂਗਾ। ਅਤੇ ਜਿਹੜੀ ਪੋਟਾਸ਼ ਹੈਗੀ ਹੈ ਪੋਟਾਸ਼ ਨੂੰ ਮੈਂ ਬਾਅਦ ਦੇ ਵਿੱਚ ਪਾਵਾਂਗਾ। ਇਸ ਤੋਂ ਅਗਾਂਹ 33% ਜਿੰਕ ਅਤੇ ਯੂਰੀਆ ਇਹਨਾਂ ਦੋਵਾਂ ਨੂੰ 7 ਦਿਨ ਦੇ ਵਿੱਚ ਵਿੱਚ ਖੇਤ ਦੇ ਵਿੱਚ ਸੁੱਟ ਦੇਵਾਂਗਾ ਅਤੇ ਪੋਟਾਸ਼ ਜਿਹੜੀ ਹੈਗੀ ਇਸ ਤੋਂ ਬਾਅਦ ਦੇ ਵਿੱਚ ਖੇਤ ਦੇ ਵਿੱਚ ਪਾ ਦੇਵਾਂਗਾ। ਤਾਂ ਇਸ ਲਈ ਇਹ ਖਾਦਾਂ ਜਿੰਨੀ ਜਲਦੀ ਖੇਤ ਦੇ ਵਿੱਚ ਤੁਸੀਂ ਦੇ ਦਿਓਗੇ ਓਨੀ ਜਲਦੀ ਤੁਹਾਡਾ ਬੂਟਾ ਫੁਟਾਰ ਕਰੇਗਾ, ਓਨੀ ਜਲਦੀ ਫੁਟਾਰ ਕਰਕੇ ਅਤੇ ਉਹਦੇ ਟਿੱਲਰਸ ਜ਼ਿਆਦਾ ਨਿਕਲਣਗੇ ਅਤੇ ਅੱਗੇ ਝਾੜ ਵਧੇਗਾ। ਹੁਣ ਕਿਸਾਨ ਕਰਦੇ ਕੀ ਹੈ, ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਵੀ ਅੰਗੂਠਾ ਦਿਖਾ ਕੇ ਕਈ ਕਿਸਾਨ ਵੀਰਾਂ ਨੇ ਝੋਨਾ ਖੇਤ 'ਚ ਲਾ ਦਿੱਤਾ ਹੈ, ਇੱਕ ਪਾਸਿਓਂ ਲੱਗੇ ਪਏ ਝੋਨਾ ਲਾ ਦਿਓ, ਸਾਰਾ ਜਿਹੜਾ ਹੈਗਾ ਗਾਂਹ ਦੀ ਗਾਂਹ ਭੱਜੀ ਜਾਂਦੇ, ਝੋਨਾ ਲਾਈ ਜਾਂਦੇ ਹੈ, ਪਿਛਲੇ ਪਾਸੇ ਖਾਦਾਂ ਵਾਲੇ ਪਾਸੇ ਆਉਂਦੇ ਹੀ ਨਹੀਂ। ਜਿੰਨੀ ਦੇਰ ਤੱਕ ਉਹਨੂੰ ਖਾਦਾਂ ਨਹੀਂ ਪਾਈਆਂ ਉਨੀ ਦੇਰ ਲਾਉਣ ਦਾ ਫਾਇਦਾ ਕੀ ਹੋਇਆ ਉਹਨੂੰ, ਬਲਕਿ ਉਹ ਝੋਨਾ ਕੁਛ ਘਾਟ ਜ਼ਰੂਰ ਦਿਖਾਉਣੀ ਸ਼ੁਰੂ ਕਰੇਗਾ, ਕਿਉਂਕਿ ਉਹਨੂੰ ਨਾ ਨਾਈਟ੍ਰੋਜਨ ਦਿੱਤੀ ਗਈ ਹੈ, ਨਾ ਉਹਨੂੰ ਪੋਟਾਸ਼ ਦਿੱਤੀ ਗਈ ਹੈ, ਨਾ ਉਹਨੂੰ ਫਾਸਫੋਰਸ ਦਿੱਤੀ ਗਈ ਹੈ, ਨਾ ਉਹਨੂੰ ਜਿੰਕ ਦਿੱਤੀ ਗਈ ਹੈ, ਜਿਸ ਚੀਜ਼ ਦੀ ਲੋੜ ਹੈਗੀ ਖੇਤ ਦੇ ਵਿੱਚ। ਤਾਂ ਇਹ ਜੇ ਚੀਜ਼ਾਂ ਮਿਲਣਗੀਆਂ ਤਾਂ ਵਧੇਗਾ। ਤਾਂ ਇਸ ਕਰਕੇ ਜੇਕਰ ਤੁਸੀਂ 15 ਦਿਨ ਝੋਨਾ ਲਾਉਂਦੇ ਜਾਓਗੇ ਅਤੇ 15 ਦਿਨਾਂ ਬਾਅਦ ਪਿੱਛੇ ਮੁੜ ਕੇ ਦੇਖੋਗੇ, ਕਈਆਂ 'ਚ ਨਦੀਨ ਅਸ਼ਕ ਪਾਉਣ ਵਾਲੀ ਸੀ, ਗੰਦ ਹੋ ਗਿਆ, ਕਿਤੇ ਪਾਣੀ ਸੁੱਕ ਗਿਆ, ਕਿਤੇ ਕੁਛ ਹੋ ਗਿਆ, ਤਾਂ ਤੁਹਾਡਾ ਉਹ ਨੁਕਸਾਨ ਹੈ। ਬਲਕਿ ਇਸ ਟਾਈਮ 'ਤੇ ਕਿਸੇ ਘਾਟ ਕਰਕੇ ਤੁਹਾਡਾ ਬੂਟਾ ਬਿਮਾਰ ਹੋਏਗਾ, ਜਦੋਂ ਕੋਈ ਕਮਜ਼ੋਰੀ ਆ ਗਈ ਤਾਂ ਉਹਦੇ ਕਰਕੇ ਉਹਦਾ ਇੰਪੈਕਟ ਤੁਹਾਡੇ ਖੀਰਲੇ ਝਾੜ 'ਤੇ ਵੀ ਪਏਗਾ। ਇਸ ਕਰਕੇ ਜਿਹੜੀਆਂ ਖੁਰਾਕ ਪੋਸ਼ਕ ਤੱਤ ਹੈਗੇ ਆ ਜਿੰਨੀ ਜਲਦੀ ਹੋ ਸਕਦਾ ਉਸ ਨੂੰ ਦੇਣ ਦੀ ਕੋਸ਼ਿਸ਼ ਕਰੋ। ਹੁਣ ਬਹੁਤੇ ਕਿਸਾਨ ਵੀਰ ਕੀ ਕਰਦੇ ਆ, ਪਹਿਲਾਂ 10-12 ਦਿਨ ਤਾਂ ਖੇਤ ਨੂੰ ਨਹੀਂ ਦੇਖਦੇ ਹੀ ਨਹੀਂ, ਫਿਰ ਦੇਖਦੇ ਕਿ ਗੁਆਂਢੀ ਦਾ ਅੱਗੇ ਨਿਕਲ ਗਿਆ, ਮੇਰਾ ਪਿੱਛੇ ਰਹਿ ਗਿਆ, ਤਾਂ ਫਿਰ ਲਿਆਓ ਬਾਜ਼ਾਰ ਦੇ ਵਿੱਚੋਂ 12-13 ਲਿਆਓ ਕਲੋਰੋ, ਇਹ ਚੀਜ਼ਾਂ ਪਾਉਣੀਆਂ ਸ਼ੁਰੂ ਕਰਦੇ ਆ ਅਤੇ ਉੱਥੇ ਜਾ ਕੇ ਹੀ ਫਿਰ ਘੁੰਮਣ ਘੇਰੀਆਂ ਦੇ ਵਿੱਚ ਕਿਸਾਨ ਫਸਣਾ ਸ਼ੁਰੂ ਹੁੰਦਾ ਹੈ। ਜਦੋਂ ਕਿ ਇਹਨਾਂ ਚੀਜ਼ਾਂ ਦੀ ਕਿਸੇ ਦੀ ਵੀ ਤੁਹਾਨੂੰ ਸ਼ੁਰੂਆਤੀ ਦੌਰ ਦੇ ਵਿੱਚ ਜ਼ਰੂਰਤ ਨਹੀਂ ਹੈਗੀ। ਮੈਂ ਤਾਂ ਪਹਿਲੀ ਵਾਰੀ ਕਿਸਾਨਾਂ ਤੋਂ ਸੁਣਦਾ ਹੈ ਕਿ ਪਾਣੀ ਦੇ ਵਿੱਚ ਸਿਉਂਕ ਪੈ ਗਈ, ਕਦੇ ਪਾਣੀ 'ਚ ਸਿਉਂਕ ਨਹੀਂ ਪੈਂਦੀ ਹੁੰਦੀ। ਫਿਰ ਜਿਹੜਾ ਹੈਗਾ ਠੀਕ ਹੈ, ਵੱਟਾਂ ਦੇ ਨਾਲ ਇੱਕ ਕੀੜਾ ਹੁੰਦਾ ਜਿਹੜਾ ਕਿ ਤੁਹਾਡੀ ਇਹਨੂੰ ਖਾ ਰਿਹਾ ਹੋਵੇਗਾ, ਉਹ ਵੀ ਉਦੋਂ ਹੁੰਦਾ ਕਿਉਂਕਿ ਵੱਟਾਂ ਦੇ ਨਾਲ ਪਾਣੀ ਜ਼ਿਆਦਾ ਖੜਦਾ ਨਹੀਂ ਤਾਂ ਉੱਥੇ ਉਹ ਦਿੱਕਤ ਕਰਦਾ ਹੈ। ਜਾਂ ਜਿਹੜੇ ਛੋਰੇ ਵਾਲੇ ਵੀਰ ਹੈ, ਛੋਰੇ ਦੇ ਕਰਕੇ ਪਨੀਰੀ ਲਵੀ ਲਾ ਦਿੰਦੇ ਹੈ ਅਤੇ ਉੱਥੇ ਜਿਹੜਾ ਹੈਗਾ ਖਾਰੇਪਣ ਕਰਕੇ ਬੂਟਾ ਥੱਲਿਓਂ ਸੜ ਜਾਂਦਾ, ਸੜਨ ਤੋਂ ਬਾਅਦ 'ਚ ਉਹਨੂੰ ਇੱਕ ਚਿੱਟੇ ਰੰਗ ਦਾ ਧਾਗੇ ਵਰਗਾ ਕੀੜਾ ਜਿਹੜਾ ਹੈਗਾ ਗਲੇ ਸੜੇ ਚੀਜ਼ 'ਤੇ ਉਹ ਪੈਦਾ ਹੁੰਦਾ ਹੈ, ਉਹਦੇ ਕਰਕੇ ਝੋਨਾ ਗਲਦਾ ਨਹੀਂ, ਝੋਨਾ ਗਲਣ ਕਰਕੇ ਉਹ ਕੀੜਾ ਪੈਦਾ ਹੁੰਦਾ ਹੈ। ਅਤੇ ਉਸ ਨੂੰ ਕੰਟਰੋਲ ਕਰਨ ਦੀ ਤਾਂ ਲੋੜ ਹੀ ਨਹੀਂ, ਕਿਉਂਕਿ ਜੇ ਝੋਨਾ ਗਲਦਾ ਨਾ ਤਾਂ ਉਹਨੇ ਪੈਦਾ ਹੋਣਾ ਹੀ ਨਹੀਂ ਸੀਗਾ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਾਅ ਰੱਖੋ। ਜਿਵੇਂ ਜਿਵੇਂ ਅਗਲੀਆਂ ਵੀਡੀਓ ਆਉਂਦੀਆਂ ਇੱਕ ਇੱਕ ਚੀਜ਼ ਆਪਾਂ ਇਹਨਾਂ ਦੇ ਉੱਪਰ ਕਲੀਅਰ ਕਰਦੇ ਹਾਂ। ਆਹ ਸਿਰਫ ਖਾਦਾਂ ਵਾਸਤੇ ਸੀਗੀ ਅਤੇ ਆਪਾਂ ਨੂੰ ਖਾਦਾਂ ਬਾਰੇ ਜੋ ਜਾਣਕਾਰੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਇਸ ਨੂੰ ਤੁਸੀਂ ਆਪਣੇ ਖੇਤ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਿਓ, ਤੁਹਾਡਾ ਝਾੜ 100% ਵਧੇਗਾ, ਕਿਉਂਕਿ ਜਦੋਂ ਨੀਂਹ ਹੀ ਚੰਗੀ ਰੱਖੀ ਗਈ ਤਾਂ ਫਿਰ ਅੱਗੇ ਜਾ ਕੇ ਪ੍ਰੋਬਲਮ ਨਹੀਂ ਹੁੰਦੀ। ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਕਿ ਜਿਹੜੇ ਵੀਰਾਂ ਦੀਆਂ ਜ਼ਮੀਨਾਂ ਕਲਰਾਠੀਆਂ ਹੈ, ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਛੋਰਾ ਹੈ, ਜਿਨ੍ਹਾਂ ਦੇ ਵਿੱਚ ਨੂਣ ਹੈ, ਜਿਨ੍ਹਾਂ 'ਚ ਪਾਣੀ ਭਰ ਦਿੱਤਾ ਸੁੱਕਦਾ ਨਹੀਂ, ਉਹ ਕਿਸਾਨ ਵੀਰ ਕੱਦੂ ਘੱਟ ਕਰਨ,
ਕੱਦੂ ਕਰਨ ਤੋਂ ਪਰਹੇਜ਼ ਕਰਨ, ਅਤੇ ਦੂਸਰੀ ਗੱਲ ਹੈਗੀ ਹੈ ਕਿ ਘੱਟੋ ਘੱਟ 40 ਦਿਨ ਦੀ ਪਨੀਰੀ ਖੇਤ ਦੇ ਵਿੱਚ ਵਰਤਣ, ਜਿਹਦੇ ਨਾਲ ਬੂਟੇ ਮਰਨ ਦੀ ਦਿੱਕਤ ਘੱਟ ਆਊਗੀ, ਅਤੇ ਜੇਕਰ ਲਵੀ ਪਨੀਰੀ ਲਾਉਣਗੇ ਤਾਂ ਉਹਦੇ ਨਾਲ ਨੁਕਸਾਨ ਹੋ ਸਕਦਾ ਹੈ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।